ਸਾਲ 2024 ਜਿਹਦੇ ਵਿੱਚ ਫਿਲਹਾਲ ਦੀ ਘੜੀ ਇਨਟੇਕ ਤਾਂ ਇੱਕੋ ਆਇਆ, ਲੇਕਿਨ ਅਪਡੇਟਸ ਡੇਲੀ ਬੇਸਿਸ ਤੇ ਆ ਰਹੀਆਂ ਨੇ। ਉਹ ਆਸਟ੍ਰੇਲੀਆ ਦਾ ਹਰਿਆਣਾ ਪੰਜਾਬ ਨੂੰ ਲੈ ਕੇ ਸਟ੍ਰਿਕਟ ਹੋਣਾ ਹੋਇਆ, ਪਲੱਸ ਕੈਨੇਡਾ ਦੀ GIC ਡਬਲ ਹੋਣਾ ਹੋਇਆ, UK ਵਰਕ ਪਰਮਿਟ ਦੇ ਉੱਤੇ ਡਿਪੈਂਡੈਂਟ ਨੂੰ ਲੈ ਕੇ ਜਾਣਾ ਬੰਦ ਹੋਇਆ, ਜਾਂ ਰੀਸੈਂਟ ਅਪਡੇਟ ਜੋ 19 ਤਰੀਕ ਤੋਂ ਬਾਅਦ +2 ਦੇ ਕਿਸੇ ਵੀ ਐਪਲੀਕੈਂਟ ਦੇ ਨਾਲ ਉਹਨਾਂ ਦਾ ਸਪਾਊਸ ਟਰੈਵਲ ਨਹੀਂ ਕਰ ਪਾਏਗਾ। ਕਦੇ ਤੁਸੀਂ ਸੋਚਿਆ ਵੀ ਉਹ ਕਿਸ ਹੱਦ ਤੱਕ ਇੰਡੀਆ ਦੀ ਮਾਰਕੀਟ ਤੋਂ ਪਰੇਸ਼ਾਨ ਨੇ ਦੈਟ ਉਹਨਾਂ ਨੂੰ ਇਹੋ ਜਿਹੇ ਸਟ੍ਰਿਕਟ ਐਕਸ਼ਨਸ ਲੈਣੇ ਪੈ ਰਹੇ ਨੇ ਉਹਨਾਂ ਡੇਲੀ ਬੇਸਿਸ? ਕੋਈ ਵੀ ਕੰਟਰੀ ਨਹੀਂ ਚਾਹੁੰਦੀ ਦੈਟ ਉਹਨਾਂ ਦੇ ਕੋਲ ਸਕਿਲਡ ਮਾਈਗ੍ਰੇਸ਼ਨ ਦੇ ਥਰੂ ਜਾਂ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਦੀ ਕੰਟਰੀ ਦੇ ਵਿੱਚ ਨਾ ਆਏ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟ ਜਾਂ ਜਿਹੜੇ ਵੀ ਇੱਥੋਂ ਸਕਿਲਡ ਮਾਈਗ੍ਰੇਸ਼ਨ ਦੇ ਥਰੂ ਜਾਂਦੇ ਨੇ ਸਭ ਤੋਂ ਵੱਡਾ ਰੋਲ ਉਹਨਾਂ ਦੀ ਇਕਨੋਮਿਕ ਗਰੋਥ ਦੇ ਵਿੱਚ ਉਹ ਪਲੇ ਕਰਦੇ ਆ। ਲੇਕਿਨ ਇਹ ਸਟ੍ਰਿਕਟ ਐਕਸ਼ਨ ਉਹਨਾਂ ਨੂੰ ਲੈਣੇ ਹੀ ਇਸ ਕਰਕੇ ਪਏ ਨੇ, ਜਿਹੜਾ ਬੱਚਾ ਸਟੂਡੈਂਟ ਵੀਜ਼ਾ ਦੇ ਉੱਪਰ ਜਾਏਗਾ ਉਹਨੂੰ ਐਜੂਕੇਸ਼ਨ ਸਿਸਟਮ ਬਾਰੇ ਜ਼ੀਰੋ ਨੌਲੇਜ ਹੈ, ਜਿਹੜਾ ਸਕਿਲਡ ਮਾਈਗ੍ਰੇਸ਼ਨ ਦੇ ਉੱਪਰ ਜਾਏਗਾ ਉਹਨੂੰ ਉਹ ਸਕਿਲਸ ਦੀ ਜ਼ੀਰੋ ਨੌਲੇਜ ਹੈ। ਜਿਹਨਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਲੈਣੇ ਹੀ ਪਏ ਤੇ ਇੰਡੀਆ ਦੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਉਹਨਾਂ ਨੂੰ ਬੱਚਾ ਇੰਪੋਰਟ ਕਰਨਾ ਬੰਦ ਹੀ ਕਰਨਾ ਪਏਗਾ। ਸੋ ਹਾਲੇ ਵੀ ਟਾਈਮ ਹੈਗਾ, ਆਪਾਂ ਸ਼ਾਰਟਕਟਸ ਨੂੰ ਨਾ ਅਪਲਾਈ ਕਦੇ ਵੀ ਆਪਦੀ ਲਾਈਫ 'ਚ ਕਰਾਈਏ। ਅੱਜ ਵੀ ਕਈ ਕੰਟਰੀਆਂ ਦੇ ਵੀਜ਼ਾ ਵਿਦ ਸਪਾਊਸ ਓਪਨ ਹੈ, ਯੂਰਪ ਤੁਹਾਨੂੰ ਇਨਵਾਈਟ ਕਰਦੇ ਤੁਹਾਡੇ ਸਪਾਊਸ ਦੇ ਨਾਲ, ਪਲੱਸ UK ਦੇ ਵਿੱਚ ਤੁਸੀਂ PhD ਜਾਂ ਡਾਕਟਰੇਟ ਪ੍ਰੋਗਰਾਮ ਜਾਂ ਰਿਸਰਚ ਪ੍ਰੋਗਰਾਮ ਦੇ ਉੱਪਰ ਤੁਸੀਂ ਐਂਟਰ ਆਪਦੇ ਸਪਾਊਸ ਦੇ ਨਾਲ ਉਹਨਾਂ ਦੀ ਕੰਟਰੀਜ਼ ਵਿੱਚ ਕਰ ਸਕਦੇ ਹੋ। ਕੈਨੇਡਾ ਮਾਸਟਰਸ ਦੇ ਵਿੱਚ ਤੁਹਾਨੂੰ ਤੇ ਤੁਹਾਡੇ ਸਪਾਊਸ ਨੂੰ ਇਨਵਾਈਟ ਕਰਦੀ ਹੈ। ਰਾਦਰ ਦੈਨ ਆਪਾਂ ਸ਼ਾਰਟਕਟਸ ਅਪਣਾਈਏ, ਆਪਾਂ ਪ੍ਰੋਪਰ ਕਿਸੇ ਚੀਜ਼ ਦੀ ਨੌਲੇਜ ਲੈ ਕੇ ਆਪਦਾ ਕੇਸ ਉਸ ਕੰਸਲਟੈਂਟ ਨੂੰ ਦਈਏ ਜਿਹੜਾ ਕੱਲ ਨੂੰ ਸਾਡੇ ਫਿਊਚਰ ਪਲਾਨਸ ਦੇ ਅੰਦਰ ਜਾਂ PR ਤੱਕ ਲੈ ਕੇ ਜਾ ਸਕੇ। ਸਾਡੇ ਕਿਸੇ ਵੀ ਨੇੜਲੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੇ ਆਪਦਾ ਕੇਸ ਅਪਲਾਈ ਕਰ ਸਕਦੇ ਹੋ। ਤੇ ਪਲੀਜ਼ ਔਰ ਪਲੀਜ਼ ਇਹ ਸਾਡੀ ਰਿਕੁਐਸਟ ਹੈ ਸਾਡੀ ਸਾਰੀ ਬ੍ਰਾਂਚਿਸ ਵੱਲੋਂ ਦੈਟ ਸ਼ਾਰਟਕਟਸ ਨੂੰ ਅਪਲਾਈ ਕਰਾਉਣਾ ਬੰਦ ਕਰ ਦਿਓ ਤੇ ਆਪਦੀ ਪ੍ਰੋਫਾਈਲ ਉੱਤੇ ਧਿਆਨ ਦੇ ਕੇ ਉਸੀ ਕੰਟਰੀ ਦੇ ਅੰਦਰ ਜਾਓ ਜਿੱਥੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ। ਸਤਿ ਸ਼੍ਰੀ ਅਕਾਲ ਜੀ।